ਈਸ ਆਨ ਅਰਥ ਸੰਸਥਾ ਵੱਲੋਂ ਕਰਾਇਆ ਅੰਤਰਰਾਸ਼ਟਰੀ ਸੈਮੀਨਾਰ ਬਹੁਤ ਕਾਮਯਾਬ ਰਿਹਾ 7 ਸਤੰਬਰ 2024 ਨੂੰ ਸਤਕਾਰ ਬੈਂਕਟ ਹਾਲ ਵਿੱਚ ਅੰਤਰਰਾਸ਼ਟਰੀ ਸੈਮੀਨਾਰ ਡਾਕਟਰ ਸੋਲਮਨ ਨਾਜ਼ ਵੱਲੋਂ ਕਰਵਾਇਆ ਗਿਆ ਕਈ ਦੇਸ਼ਾਂ ਤੋਂ ਵਿਦਵਾਨਾਂ ਨੇ ਹਿੱਸਾ ਲਿਆ ਸੈਮੀਨਾਰ ਦੀ ਸ਼ੁਰੂਆਤ ਬਿਸ਼ਪ ਐਡਵਿਨ ਰਿਆਜ਼ ਨੇ ਫਿੱਤਾ ਕੱਟ ਕੇ ਕੀਤੀ ਸ਼ਮਾ ਰੋਸ਼ਨ ਕਰਨ ਦੀ ਰਸਮ ਡਾਕਟਰ ਸੋਲਮਨ ਨਾਸ ਜਸੀ ستਿੰਦਰ ਕਾਲੋਂ ਸਹਿਜਪ੍ਰੀਤ ਸਿੰਘ ਮੰਗਟ ਜੋਬਨ ਨਿੱਜਰ ਵੱਲੋਂ ਕੀਤੀ ਗਈ। ਪ੍ਰਕਾਸ਼ ਮਸੀਹ ਵੱਲੋਂ ਮਿਸ਼ਨ ਸਟੇਟਮੈਂਟ ਪੜ੍ਹੀ ਗਈ ਤੇ ਕਾਮਯਾਬੀ ਲਈ ਅਰਦਾਸ ਕੀਤੀ ਗਈ। ਬਿਸ਼ਪ ਐਡਵਿਨ ਵੱਲੋਂ ਵਿਸ਼ਵ ਸ਼ਾਂਤੀ ਲਈ ਆਪਣੇ ਵਿਚਾਰ ਦਿੱਤੇ ਗਏ। ਅਜੈਬ ਸਿੰਘ ਛੱਠਾ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਗਿਆ। ਤੇ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਉਹਨਾਂ ਡਾਕਟਰ ਨਾਜ਼ ਸਾਹਿਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾਕਟਰ ਨਾਜ਼ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ ਜਿਸ ਵਿੱਚ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਸੀ ਅਤੇ ਕੁਝ ਸਮਾਜਿਕ ਸ਼ਖਸੀਅਤਾਂ ਵੱਲੋਂ ਉਹਨਾਂ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਸਨ। ਦੁਨੀਆਂ ਵਿੱਚ ਹਜ਼ਾਰਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ। ਕਟ ਗਿਣਤੀ ਵਾਲੀ ਲੋਕਾਈ ਸੈਂਕੜੇ ਮਸਲਿਆਂ ਨਾਲ ਜੂਝ ਰਹੀ ਹੈ। ਇਹ ਪ੍ਰਗਟਾਵਾ ਪੀਸ ਔਨ ਅਰਥ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਕੀਤਾ ਗਿਆ ਸੈਮੀਨਾਰ ਵਿੱਚ ਅਜੈਬ ਸਿੰਘ ਛੱਠਾ ਤੇ ਡਾਕਟਰ ਸੋਲਮਨ ਨਾਸ ਸਮੇਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਚਿੰਤਕਾਂ ਤੇ ਬੁਲਾਰਿਆਂ ਨੇ ਘਟ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਅਹਿੰਸਾ ਬੇਲੋੜੀ ਜੰਗ ਭੁੱਖਮਰੀ ਤੇ ਧਰਮਾਂ ਦੇ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ ਬਾਰੇ ਵਿਚਾਰ ਪ੍ਰਗਟਾਏ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦਾਰ ਅਜੈਬ ਸਿੰਘ ਛੱਠਾ ਨੇ ਕਿਹਾ ਕਿ ਸਾਨੂੰ ਲੋਕਾਈ ਦੀ ਭਲਾਈ ਖਿੜੇ ਮੱਥੇ ਕਰਨੀ ਚਾਹੀਦੀ ਹੈ ਜਿਸ ਲਈ ਸਾਨੂੰ ਤਮਾਮ ਉਮਰ ਸਿੱਖਦੇ ਤੇ ਸਿਖਾਉਂਦੇ ਵੀ ਰਹਿਣਾ ਚਾਹੀਦਾ ਹੈ ਵਿਸ਼ਾ ਉੱਪਰ ਵਿਦਵਾਨਾਂ ਵੱਲੋਂ ਆਪਣੇ ਪੇਪਰ ਪੜੇ ਗਏ ਇਨ੍ਹਾਂ ਵਿਦਵਾਨਾਂ ਵਿੱਚ ਡਾਕਟਰ ਸਤਿੰਦਰ ਕੌਰ ਕਾਲੋਂ ਰਾਜਵੰਤ ਕੌਰ ਬਾਜਵਾ ਡਾਕਟਰ ਡੀਪੀ ਸਿੰਘ ਸਹਿਜ ਕੌਰ ਮੰਗਟ ਦੀਪ ਕੁਲਦੀਪ ਪਿਆਰਾ ਸਿੰਘ ਕੁਦਵਾਲ ਅਮਰਜੀਤ ਸਿੰਘ ਸੰਗਾ ਸੁਖਦੇਵ ਸਿੰਘ ਅੱਜ ਦੀ ਆਵਾਜ਼ ਵੱਲੋਂ ਹਰਜੀਤ ਸਿੰਘ ਗਿੱਲ ਸਰਦੂਲ ਸਿੰਘ ਥਿਆੜਾ ਨਿਰਵੈਲ ਸਿੰਘ ਅਰੋੜਾ ਅਮਨ ਗਿੱਲ ਮੈਡਮ ਆਕੀਲਾ ਹਰदयाल ਸਿੰਘ ਚੀਥਾ ਗੁਰਨਾਮ ਸਿੰਘ ਹਰਜੀਤ ਕੌਰ ਸਮੇਤ ਹੋਰਨਾ ਨੇ ਆਪਣੇ ਕੀਮਤੀ ਵਿਚਾਰ ਪ੍ਰਗਟਾਈ ਡਾਕਟਰ ਸੋਲਮਨ ਨਾਜ਼ ਨੇ ਕਿਹਾ ਕੀ ਕਟ ਗਿਣਤੀ ਸਮਾਜ ਦੀਆਂ तमाम ਸਮੱਸਿਆਵਾਂ ਦੇ ਹੱਲ ਲਈ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਾਂਗੇ ਇਸ ਸੈਮੀਨਾਰ ਵਿੱਚ ਸਹਿਜ ਪ੍ਰੀਤ ਸਿੰਘ ਮੰਗਟ ਨੇ ਮੁੱਖ ਮਹਿਮਾਨ ਦੇ ਤੌਰ ਤੇ ਭੂਮਿਕਾ ਨਿਭਾਈ ਅਤੇ ਇਸ ਸੈਮੀਨਾਰ ਤੇ ਵਿਸ਼ਿਆਂ ਲਈ ਡਾਕਟਰ ਨਾਸ ਪ੍ਰਬੰਧਕੀ ਟੀਮ ਨੂੰ ਮੁਬਾਰਕਬਾਦ ਦਿੱਤੀ ਕਮੇਟੀ ਵੱਲੋਂ ਮੰਗਟ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਵਾਈ ਤੇ ਇਸ ਨੇਕ ਕੰਮ ਲਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਮੌਕੇ ਉੱਤੇ ਹੀ ਪ੍ਰਬੰਧਕੀ ਟੀਮ ਡਾਕਟਰ ਸੋਲਮਨ ਨਾਸ ਮਨਦੀਪ ਮੰਗਟ ਦੀਪ ਕੁਲਦੀਪ ਡਾਕਟਰ ਮਨਪ੍ਰੀਤ ਕੌਰ ਬਲਵਿੰਦਰ ਕੌਰ ਚੱਠਾ ਤੇ ਹਰਜੀਤ ਸਿੰਘ ਗਿੱਲ ਵੱਲੋਂ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਸਰਟੀਫਿਕੇਟ ਲੈਣ ਵਾਲਿਆਂ ਵਿੱਚ ਡਾਕਟਰ ਸਿੰਦਰ ਕੌਰ ਕਰਕਲੋਂ ਸਤਨਾਮ ਕੌਰ ਚੋਹਾਨ ਹਰਦੇਵ ਚੋਹਾਨ ਸਹਿਜ ਕੌਰ ਮੰਗਟ ਰਾਜਵੰਤ ਕੌਰ ਬਾਜਵਾ ਡਾਕਟਰ ਡੀਪੀ ਸਿੰਘ ਸੰਨ ਪੰਜਾਬੀ ਸਮਾਜ ਵਿੱਚੋਂ ਸ਼ਾਮਲ ਹੋਈਆਂ ਪੰਜਾਬੀ ਲਈ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਦਲਜੀਤ ਸਿੰਘ ਗੈਦੂ ਜਰਨੈਲ ਸਿੰਘ ਮਠਾੜੂ ਅਜੀਤ ਸਿੰਘ ਪੱਲ ਅਵਤਾਰ ਸਿੰਘ ਸੰਧੂ ਰੋਸ਼ਨ ਪਾਠਕ ਸਹਿਦ ਸਿੰਘ ਮੰਗਟ ਸੰਨ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਾਰਾ ਸੈਮੀਨਾਰ ਵਧੀਆ ਢੰਗ ਤੇ ਸ਼ਾਂਤੀ ਨਾਲ ਚੱਲਿਆ ਸਾਰੇ ਬੁਲਾਰੇ ਵਿਸ਼ੇ ਤੇ ਦਿੱਤੇ ਸਮੇਂ ਵਿੱਚ ਹੀ ਬੋਲੇ ਸਮਾਗਮ ਨਿਸ਼ਚਿਤ ਸਮੇਂ ਤੇ ਹੀ ਸਮਾਪਤ ਹੋਇਆ ਹਾਜ਼ਰੀਨ ਦੇ ਗਿਆਨ ਵਿੱਚ ਵਾਧਾ ਹੋਇਆ ਖਾਣੇ ਦਾ ਪ੍ਰਬੰਧ ਬਹੁਤ ਵਧੀਆ ਸੀ ਅੰਤਰਰਾਸ਼ਟਰੀ ਸੈਮੀਨਾਰ ਦੇ ਸੰਚਾਲਨ ਵਿੱਚ ਡਾਕਟਰ ਸੰਤੋਖ ਸਿੰਘ ਸੰਧੂ ਅਤੇ ਸਰਦਾਰ ਸਰਦੂਲ ਸਿੰਘ ਥਿਆੜਾ ਨੇ ਜਿਕਰਯੋਗ ਭੂਮਿਕਾ ਨਿਭਾਈ ਧੰਨਵਾਦ